सर कोई आई होगी फिल्म बिल्कुल मैं हल्का जिहा
ਹੱਲਾਂਗਾ ਵੀ ਨਹੀਂ। ਮੈਂ ਤੈਨੂੰ ਇਸੇ ਤੋਂ ਨਹੀਂ ਪਾਉਂਦਾ, ਤੂੰ ਪਿਆਰ ਇੰਨਾ ਹਿਲਦਾ ਨਹੀਂ। ਯਕੀਨ ਕਰੋ ਮੇਰੀ ਸੱਕੀ ਬੁੱਢੀ ਮੇਰੇ ਮੂੰਹ ਤੇ ਛਾਪਰ ਚਾੜ ਕੇ ਚੁੰਮੀ ਲੈਂਦੀ। ਉਹ ਤੇਰੇ ਮੂੰਹ ਤੇ ਛਾਪਰ ਚਾੜ ਦਿੰਦੀ ਹੈ, ਤੈਨੂੰ ਉਹਨੇ ਸਮਝਿਆ ਕੀ ਹੈ? ਮੇਰੀ ਜਾਨ, ਤੂੰ ਮੇਰਾ ਹੀਰੋ ਹੈ। ਹਾਂ ਮੈਂ ਹੀਰੋ, ਹੀਰੋ ਤੂੰ ਮੇਰਾ ਹੀਰੋ ਹੈ, ਆ ਮੇਰੀ ਹੀਰਮਨ ਹੈ। ਹਾਂ ਅੱਜ ਡਾਕੂ ਵਾਲੇ ਤੇਰੀ ਇੱਜ਼ਤ ਲੁੱਟੀ ਹੈ। ਹਾਂ ਤੂੰ ਘਰ ਦੇ ਵਿੱਚ ਵੜੀ ਹੈ ਕਿ ਨਜ਼ਰਾਂ ਪੱਟੀ ਖਲੋਤਾ ਹੈ ਸ਼ਦਾਦਾ? ਤੂੰ ਮੈਨੂੰ ਜਾ ਕੇ ਕਿਹਾ ਪੱਟੀ? ਹਾਂ ਪੱਟੀ ਖਲੋ ਜਾਓ, ਪਹਿਲੇ ਹਜੇ ਆਉਣਾ ਹੈ, ਗੱਲ ਲਵੋ ਅਜੇ ਆਉਣਾ ਹੈ ਪੱਟੀ ਨੂੰ, ਗੱਲ ਲਵੋ, ਗੱਲ ਲਵੋ, ਗੱਲ ਲਵੋ। ਹਾਂ ਕਿ ਪੱਟੀ, ਹਾਂ ਡਾਕੂ ਵਾਲੇ ਮੇਰੀ ਇੱਜ਼ਤ ਲੁੱਟ ਲਈ ਹੈ ਪੱਟੀ ਸ਼ਦਾਦਾ, ਤੂੰ ਮੈਨੂੰ ਬਚਾਉਣ ਕਿਉਂ ਨਹੀਂ ਆਇਆ? ਪੱਟੀ ਨਹੀਂ ਪਤਾ, ਕੁੱਤਾ ਤਾਂ ਜਿੰਦੇ ਨਾਲ ਪਿਆਰ ਕਰ ਲਵੇ ਘੰਟਾ ਘੰਟਾ ਨਾਲ ਹੀ ਛਿੱਕੀ ਰੱਖਦਾ ਗਾ। ਤੂੰ ਮੈਨੂੰ ਦੱਸਿਆ ਹੀ ਨਹੀਂ ਯਾਰ, ਤੇਰੀ ਮਿਹਰਬਾਨੀ ਪੱਟੀ, ਜੇ ਇਹ ਤੂੰ ਮੈਨੂੰ ਵੀਡੀਓ ਚ ਨਾ ਦੱਸਦਾ ਤਾਂ ਕਿੰਨੀ ਮਜ਼ਾ ਆਉਣਾ ਸੀ। ਓਕੇ ਲਿਓ, ਲਓ ਜੀ ਤੁਸੀਂ ਇਹਨੂੰ ਜਾ ਕੇ ਕਹਿਣਾ ਕਿ ਪੱਟੀ ਅੱਜ ਲੱਖ ਉਹਨੇ ਮੇਰੀ ਇੱਜ਼ਤ ਲੁੱਟੀ, ਤੂੰ ਮੈਨੂੰ ਪਛਾਣ ਕਿਉਂ ਨਹੀਂ ਆਇਆ? ਸਟਾਰਟ ਫਰਮ ਕੈਮਰਾ ਐਕਸ਼ਨ, ਆਓ ਪੱਟੀ, ਇੱਕ ਮਿੰਟ ਬੜਾ ਹੋ ਜਾ, ਜਿਵੇਂ ਤੂੰ ਸਮਾਨ ਹਲਾਉਂਦੀ ਆ ਰਹੀ ਹੈ ਸਾਰਾ ਪੱਟੀ ਸਿੱਧਾ ਹੋ ਜਾਣਾ, ਬਲਕਿ ਪੱਟੀ ਕੀ ਹੌਲੀ ਹੌਲੀ ਮਸੇਰ ਵੀ ਸਿੱਧੇ ਹੋ ਜਾਣੇ। ਇਹ ਹੋ ਗਈ ਗੱਲ, ਜੀ ਸਟਾਰਟ ਸਾਊਂਡ ਐਕਸ਼ਨ ਪੱਟੀ। ਇੱਕ ਮਿੰਟ ਮੋਹਤਰਮਾ, ਇੱਜ਼ਤ ਲੁੱਟੀ ਗਈ ਹੈ। ਹਾਂਜੀ ਫੀਤੀ ਫੀਤੀ ਹੋਈ ਹੈ। ਅੱਛਾ ਠੀਕ ਹੈ ਠੀਕ ਹੈ, ਬਰਬਾਦ ਹੋ ਗਈ ਹੈ, ਪੀੜਾ ਨਿਕਲ ਰਹੀਆਂ ਨੇ। ਅੱਛਾ ਠੀਕ ਹੈ, ਐਕਸਪ੍ਰੈਸ਼ਨ ਬਣਾ, ਤੂੰ ਤੇ ਐਕਸਪ੍ਰੈਸ਼ਨ ਲਿਆ। ਹਾਂਜੀ ਠੀਕ ਹੈ, ਇਧਰੋਂ ਐ ਬੂਹੇ ਦੇ ਵਿੱਚੋਂ ਤੂੰ ਵੜ ਰਹੀ ਹੈ ਪੱਟੀ ਪੱਟੀ ਭਾਂਡੇ ਨਾ ਹਲਾ ਪੱਟੀ। ਹਾਂਜੀ ਸਿਸਟਮ ਨਹੀਂ ਨਾ ਸਹੀ ਡਾਇਰੈਕਟਰ ਸਾਹਿਬ, ਹੀਰੋ ਗੁੰਗਾ। ਅੱਛਾ ਹੀਰੋ ਗੁੰਗਾ ਹੈ, ਹੀਰੋ ਨੇ ਕੋਈ ਭੈਣ ਪੇਸ਼ ਨਹੀਂ ਕਰਨੀ, ਹੀਰੋ ਨੱਥੀ ਹੋ ਗਿਆ। ਚੁੱਪ ਹੈ, ਚਲੋ ਓਕੇ ਆ ਜੀ ਐਕਸ਼ਨ ਪੱਟੀ ਪੱਟੀ। ਮੋਸਰਮਾ ਇੰਜ ਤੂੰ ਫੇਰ ਇੱਜ਼ਤ ਲਟਵਾ ਲੈਣੀ ਹੈ, ਸਿਆਣ ਬਣਾ। ਆ ਜਿਵੇਂ ਤੂੰ ਅੱਜ ਜਿੰਦੀ ਆ ਰਹੀ ਹੈ ਨਾ, ਕੋਈ ਪੱਟੀ ਨਾਲ ਸਿੱਧਾ ਹੋ ਜਾਵੇ। ਪੱਟੀ ਕਿੰਨੀ ਕੁ ਵਾਰੀ ਸਿੱਧਾ ਹੋਏਗਾ ਯਾਰ, ਮੈਂ ਨਾ ਇੰਜ ਨਾ ਕਰੀ। ਚਲੋ ਜੀ ਦੋ ਤਿੰਨ ਡਾਕੂ ਨੇ, ਅੱਠ ਡਾਕੂ ਨੇ, ਇਹ ਥੋੜੀ ਜਿਹੀ ਲੱਤ ਇੰਜ ਨੂੰ ਕੱਢੇਗੀ ਨਾ ਤੇ ਥੋੜਾ ਜਿਹਾ ਇੱਜ਼ਤ ਦਾ ਸਾਹ ਨਿਕਲੇਗਾ। ਬਿਲਕੁਲ ਖਾਣਾ ਖਰਾਬ ਹੋ ਗਿਆ। ਓਏ ਅੱਲਾ ਖੈਰ, ਓਏ ਬਾਅਦ ਚ ਸੀਨ ਕਰਾਂਗੇ, ਓਏ ਡਾਕੂ ਡੋਂ ਕਰ ਰਿਹਾ ਹੈ ਪੱਟੀ, ਤੂੰ ਮੇਰੀ ਇੱਜ਼ਤ ਕਿਉਂ ਨਹੀਂ ਬਚਾਣਾ, ਕਿਉਂ ਨਹੀਂ ਬਚਾਣਾ? ਬਸ ਲਾ ਲਾ ਨਾ ਨਾ ਆ ਆ ਲਾ ਆਇਆ ਨਾ ਆਇਆ ਆ ਲਾ ਆ ਲਾ ਆ ਅੱਜ ਕੱਲ ਜਿਹੜਾ ਸਿਸਟਮ ਚੱਲ ਰਿਹਾ ਨਾ, ਜੋ ਵੀ ਸਿਸਟਮ ਚੱਲ ਰਿਹਾ ਪੱਟੀ, ਜਿਹੜੀ ਮਰਜ਼ੀ ਸੀਟ ਤੇ ਪਵੋ, ਸਾਰੀਆਂ ਦੋ ਦਿਨਾਂ ਲਈ ਜਾ ਰਹੀਆਂ ਪੱਟੀ। ਹਾਂ ਕੀ ਕੀ
ਪੁਰਾਣੇ ਦੌਰ ਦਾ ਕੋਈ ਮਿਸਰਾ ਬੱਚੀ ਦੇ ਉੱਤੇ ਸੁਣਾ ਕਿ ਮੈਂ ਹੀਰੋ ਨੂੰ ਸੁਣਾਵਾਂ ਤੇ ਹੀਰੋ ਫੌਰੀ ਕਵੇ ਕਿਆ ਕਹਿਣੇ। ਡਾਇਰੈਕਟਰ ਸਾਹਿਬ ਇਹਨਾਂ ਵਾਸਤੇ ਤਾਂ ਮੈਂ ਇਹ ਮਿਸਰਾ ਕਹਿ ਰਿਹਾ ਕਿਉਂਕਿ ਇਹਨੇ ਮਰਦੀਆਂ ਦੌਲਤ ਤੇ ਹਾਂਜੀ ਤੇ ਇਹਨਾਂ ਵਾਸਤੇ ਭੱਟੀ ਇਹ ਜਾਂਦਾ ਕਿ ਕਦੀ ਦੌਲਤ ਨਾਲ ਨਾ ਪਰਖ ਕਰੀ ਮਾੜੇ ਮੁਖਲਸ ਢੋਲ ਵੀ ਹੁੰਦੇ ਨੇ। ਜ਼ਿੰਦਗੀ ਦੀਆਂ ਔਖੀਆਂ ਘੜੀਆਂ ਵਿੱਚ ਸੱਜਣਾ ਦੇ ਤੋਲ ਵੀ ਹੁੰਦੇ ਨੇ। ਦੋ ਕੌਡੀਆਂ ਤੇ ਕਈ ਵਿਕ ਜਾਂਦੇ ਨੇ, ਕਈ ਸੱਜਣ ਅਨਮੋਲ ਵੀ ਹੁੰਦੇ ਨੇ। ਚੰਗਾ ਸੱਜਣ ਮਿਲੀ ਉਹਨੂੰ ਸਾਂਭ ਕੇ ਰੱਖੀ, ਪੈਸੇ ਕੰਜਰਾਂ ਕੋਲ ਵੀ ਹੁੰਦੇ ਨੇ। ਸ਼ੁਕਰੀਆ।